2018 ਨੂੰ ਚੜੇ 5 ਮਹੀਨੇ ਹੋ ਚੁੱਕੇ ਨੇ ਤੇ 5 ਮਹੀਨੇ ਬਾਲੀਵੁੱਡ ਲਈ ਬਹੁਤ ਵਧੀਆ ਰਹੇ ਨੇ। ਅਸੀਂ ਇਹ 5 ਮਹੀਨੇ 'ਚ ਬਹੁਤ ਅੱਛੀ ਅੱਛੀ ਮੂਵੀਜ਼ ਦੇਖੀਆਂ, ਪਦਮਾਵਤ, ਪੈਡਮੈਨ, ਸੋਨੂ ਕੇ ਟੀਟੂ ਕੀ ਸਵੀਟੀ ਤੇ ਕਈ ਹੋਰ। ਤੇ ਜੇ ਮੈਂ ਗੱਲ ਕਰਾਂ ਆਉਣ ਵਾਲੇ 7 ਮਹੀਨੇ ਦੀ, ਉਹ 7 ਮਹੀਨੇ 'ਚ ਜਿਹੜੀ ਮੂਵੀ ਦਾ ਇੰਤਜ਼ਾਰ ਮੈਨੂੰ ਸਭ ਤੋਂ ਜ਼ਿਆਦਾ ਹੈ ਉਹ ਹੈ ਸੰਜੂ। ਸੰਜੇ ਦਾ ਟੀਜ਼ਰ ਆਇਆ ਅਪ੍ਰੈਲ ਦੇ ਮਹੀਨੇ, ਫਿਰ ਰਾਜਕੁਮਾਰ ਰਾਣੀ ਨੇ ਇੱਕ ਇੱਕ ਕਰਕੇ ਰਣਬੀਰ ਕਪੂਰ ਦੀ, ਸੰਜੇ ਦਾ ਡਿਫਰੈਂਟ ਡਿਫਰੈਂਟ ਟਾਈਮ ਜ਼ੋਨ ਦੀ ਪੋਸਟਰ ਕਰਦੇ ਰਿਵੀਲ। ਤੇ ਹੁਣ ਆਇਆ ਹੋਇਆ ਇੱਕ ਨਵਾਂ ਪੋਸਟਰ ਜਿਹੜਾ ਕਿ ਤੁਹਾਨੂੰ ਦੇਖਣਾ ਹੀ ਪੈਣਾ, ਕਿਉਂਕਿ ਉਹਦੇ ਵਿੱਚ ਰਿਵੀਲ ਹੋਈ ਹੈ ਪਰੇਸ਼ ਰਾਵਲ ਦੀ ਲੁੱਕ। ਜੀ ਹਾਂ, ਪਰੇਸ਼ ਰਾਵਲ ਨਜ਼ਰ ਆਉਣਗੇ ਸੁਨੀਲ ਦੱਤ ਦਾ ਕਰੈਕਟਰ ਪਲੇ ਕਰਦੇ ਹੋਏ। ਇਹ ਚੈੱਕ ਕਰੋ ਪੋਸਟਰ, 2 ਦਿਨ ਪਹਿਲੇ ਪੋਸਟਰ ਜਿਹੜਾ ਰਿਲੀਜ਼ ਹੈ ਉਹਦੇ ਵਿੱਚ ਦਿਖਾਈ ਗਈ ਸੰਜੇ ਦੱਤ ਦੀ ਰੋਮਾਂਟਿਕ ਲਾਈਫ, ਜਿਹਦੇ ਵਿੱਚ ਸੋਨਮ ਕਪੂਰ ਅਤੇ ਰਣਬੀਰ ਕਪੂਰ ਦੇਖੇ ਗਏ। ਅਤੇ ਅੱਜ ਜਿਹੜਾ ਪੋਸਟਰ ਰਿਲੀਜ਼ ਹੋਇਆ ਹੈ ਉਹ ਹੈ ਪਰੇਸ਼ ਰਾਵਲ ਅਤੇ ਸੰਜੇ ਦੱਤ ਦਾ। ਰਾਜਕੁਮਾਰ ਰਾਣੀ ਨੇ ਸੋਨਮ ਕਪੂਰ ਦੀ ਲੁੱਕ ਰਿਵੀਲ ਕਰਤੀ ਹੈ, ਪਰੇਸ਼ ਰਾਵਲ ਦੀ ਲੁੱਕ ਰਿਵੀਲ ਕਰਤੀ ਹੈ। ਅਤੇ ਹੁਣ ਸਾਨੂੰ ਵੇਟ ਹੈ ਮਨੀਸ਼ਾ ਕੋਇਰਾਲਾ ਦੀ ਲੁੱਕ ਦੀ, ਜੋ ਕਿ ਮੂਵੀ ਵਿੱਚ ਸੰਜੇ ਦੱਤ ਦੀ ਮਾਂ ਦਾ ਰੋਲ ਪਲੇ ਕਰਦੇ ਨਜ਼ਰ ਆਏਗੀ, ਯਾਨੀ ਨਰਗਿਸ ਦੱਤ ਦਾ। ਪੋਸਟਰ ਅਤੇ ਟੀਜ਼ਰ ਤੋਂ ਬਾਅਦ ਹੁਣ ਆਉਣ ਵਾਲਾ ਹੈ ਟ੍ਰੇਲਰ। ਜੀ ਹਾਂ, 30 ਮਈ ਨੂੰ ਆ ਰਿਹਾ ਟ੍ਰੇਲਰ, ਮੂਵੀ ਰਿਲੀਜ਼ ਹੋਏਗੀ 29 ਜੂਨ ਨੂੰ। ਡਾਇਰੈਕਟ ਕੀਤਾ ਹੈ ਰਾਜਕੁਮਾਰ ਰਾਣੀ ਨੇ, ਮੈਨੂੰ ਬਹੁਤ ਉਮੀਦਾਂ ਇਸ ਮੂਵੀ ਤੋਂ ਅਤੇ ਆਈ ਹੋਪ ਤੁਹਾਨੂੰ ਵੀ ਹੋਣੀਆਂ ਹੈ। ਪੂਰੀ ਖਬਰ ਪੜ੍ਹਨ ਲਈ ਜਾਓ gabruu.com ਅਤੇ ਔਸਮ ਵੀਡੀਓਜ਼ ਵੇਖਣ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਦਬਾ ਕੇ ਨੋਟੀਫਿਕੇਸ਼ਨਸ ਔਨ ਕਰੋ। ਕਮੈਂਟ 'ਚ ਮੈਨੂੰ ਫੀਡਬੈਕ ਦਿਓ ਅਤੇ ਮੈਂ ਮਿਲਾਂਗਾ ਅਗਲੀ ਖਬਰ ਦੇ ਨਾਲ। gabruu.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।